ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਦੇ ਟਿਕਰੀ ਬਾਰਡਰ ਤੇ ਬੀਤੀ ਦਿਨੀ ਜਲਾਲਾਬਾਦ ਦੇ ਐਡਵੋਕੇਟ ਅਮਰਜੀਤ ਸਿੰਘ ਰਾਏ ਦੇ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਲਾਲਾਬਾਦ ਦੇ ਮਲਟੀਪਰਪਸ ਸਟੇਡੀਅਮ ਵਿਖੇ ਆਖਰੀ ਦਰਸ਼ਨਾਂ ਦੇ ਲਈ ਰੱਖਿਆ ਗਿਆ ਹੈ। ਇਸ ਮੌਕੇ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਜਲਾਲਾਬਾਦ ਦੇ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੂੰ ਆਸ਼ਵਾਸਨ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ, ਜਿਸਦੇ ਵਿੱਚ 5 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਭਰੋਸਾ ਦਿੱਤਾ ਜਾਵੇਗਾ। ਕੀ ਕੀਤਾ ਜਾ ਰਿਹਾ ਇਹ ਜਿਸ ਤਰ੍ਹਾਂ ਕਿ ਮਾਸਟਰ ਮਦਨ ਲਾਲ ਜੀ ਨੇ ਵੀ ਦੱਸਿਆ ਅਤੇ ਇਹ ਤੁਸੀਂ ਕੱਲ੍ਹ DC ਸਾਹਿਬ ਨੂੰ ਇਸ ਦੇ ਸੰਬੰਧ 'ਚ ਮੰਗ ਪੱਤਰ ਦਿੱਤਾ ਸੀਗਾ ਅਤੇ ਸਾਡੀ ਵੀ DC ਸਾਹਿਬ ਨਾਲ ਗੱਲ ਹੋਈ ਹੈ ਅਤੇ ਉੱਪਰੋਂ ਗੱਲਬਾਤ ਵੀ ਕਰ ਰਹੇ ਹਾਂ ਇਹਦੇ ਸੰਬੰਧ 'ਚ ਵੀ ਗੌਰਮੈਂਟ ਦੀਆਂ ਪੋਲਿਸੀਆਂ ਮੁਤਾਬਕ ਜੋ ਵੱਧੋ ਵੱਧ ਵੀ ਹੋਏਗਾ ਉਹ ਅਸੀਂ ਇਸ ਭਰਾ ਦਾ ਕਰਾਂਗੇ। ਅਮਰਜੀਤ ਜੀ ਸਾਡੇ ਵੀ ਵੱਡੇ ਭਰਾ ਸੀ ਕਿਉਂਕਿ ਬਾਹਰ 'ਚ ਆਉਣ ਦੇ ਕਾਰਨ ਸਾਡੇ ਲਈ ਵੀ ਆਉਂਦੇ ਸੀ। ਦੂਜਾ ਇਹ ਜੇ ਕਿਸਾਨ ਨੂੰ ਇਹਦੇ ਵੀ ਸਾਨੂੰ ਇਹਨਾਂ ਦੀ ਸ਼ਹਾਦਤ ਦਾ ਬਹੁਤ ਦੁੱਖ ਹੈ, ਇਸ ਕਰਕੇ ਅਸੀਂ ਆਪਣਾ ਪਰਸਨਲ ਵੀ ਜਿਵੇਂ ਆਪਣੀ ਆਤਮਾ ਹੁੰਦੀ ਆ ਉਹ ਅਸੀਂ ਦਿਲੋਂ ਇਹਨਾਂ ਦੀ ਹੈਲਪ ਕਰਾਂਗੇ। ਕੀ ਮੰਗਾਂ ਕੀ ਕੀਤੀਆਂ ਮੰਗੀਆਂ ਗਈਆਂ? ਇਹ ਮੈਂ ਮਿਲ ਕੇ ਆਇਆ ਉੱਥੇ, ਜੋ ਵੀ ਮੰਗ ਪੱਤਰ ਇਹਨਾਂ ਨੇ ਦਿੱਤਾ ਉਸ 'ਤੇ ਉਹ DC ਸਾਹਿਬ ਨੇ ਵਿਚਾਰ ਕਰਕੇ ਅੱਗੇ CM ਸਾਹਿਬ ਨੂੰ ਭੇਜਣਾ ਅਤੇ ਉਹ ਫਿਰ ਜੋ ਗੌਰਮੈਂਟ ਦੀਆਂ ਪੋਲਿਸੀਆਂ ਮੁਤਾਬਕ ਜੋ ਵੀ ਇਹਨਾਂ ਦੀ ਹੈਲਪ ਹੋਵੇਗੀ ਉਹ ਕਰਨਗੇ। ਸਰ SDM ਸਾਹਿਬ ਨਹੀਂ ਪਹੁੰਚੇ ਅੱਜ, ਕੀ ਕਾਰਨ? ਉਹ SDM ਸਾਹਿਬ ਸਾਡੀ ਇਲੈਕਸ਼ਨ ਦੇ ਸੰਬੰਧ 'ਚ BC ਚੱਲ ਰਹੀ ਸੀ, ਅਸੀਂ ਵੀ ਉਸ 'ਚ BG ਸੀ, ਫਿਰ SDM ਸਾਹਿਬ ਨੇ ਸਾਨੂੰ ਕਿਹਾ, ਕਹਿੰਦੇ ਤਹਿਸੀਲਦਾਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਸਾਹਿਬ ਤੁਸੀਂ ਜਾਓ ਕਿਉਂਕਿ ਉਹ ਪੂਰੇ ਪੰਜਾਬ ਦੀ BC ਹੁੰਦੀ ਹੈ, ਇਸ ਕਰਕੇ ਉਸ ਨੂੰ ਮਤਲਬ ਇਸ ਕਰਕੇ ਅਸੀਂ ਵੀ ਉਹਨੂੰ ਛੱਡ ਕੇ ਆਏ ਹਾਂ, ਕਹਿੰਦੇ ਚਲੋ ਮੈਂ ਸੰਭਾਲ ਲੂੰਗਾ, ਮਤਲਬ ਇਸ ਪ੍ਰੋਗਰਾਮ 'ਤੇ ਜਾਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਲੱਗਦਾ ਨਹੀਂ ਵੀ SDM ਸਾਹਿਬ ਦਾ ਵੀ ਜ਼ਰੂਰੀ ਸੀ ਇੱਥੇ ਆਉਣਾ, ਇੱਕ ਐਡੀ ਵੱਡੀ ਸ਼ਹਾਦਤ ਹੋਈ ਹੈ, ਐਡਾ ਵੱਡਾ ਜਿਹੜਾ? ਨਹੀਂ, ਅਸੀਂ SDM ਸਾਹਿਬ ਵੱਲੋਂ ਹੀ ਆਏ ਹਾਂ, ਉਹਨਾਂ ਨੇ ਸਾਨੂੰ ਭੇਜਿਆ। ਕਈ ਵਾਰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਾਂ ਨੂੰ ਨਿਭਾਉਣੀਆਂ ਪੈਂਦੀਆਂ, ਨਾਇਬ ਸਾਹਿਬ ਵੀ ਆਏ, ਮੈਂ ਵੀ ਆਏ ਅਤੇ ਸਾਡੇ ਪਟਵਾਰੀ ਸਾਹਿਬਾਨ, ਕਾਨੂੰਗੋ ਸਾਹਿਬਾਨ, ਸਾਰੇ ਪ੍ਰਸ਼ਾਸਨ ਉਰੇ ਪਹੁੰਚਿਆ ਹੋਇਆ। ਸਰ ਅਮਰਜੀਤ ਸਿੰਘ ਜੀ ਰਾਏ ਐਡਵੋਕੇਟ, ਜਿਹੜੇ ਨੇ ਕਿਸਾਨ ਸੰਘਰਸ਼ ਵਾਸਤੇ, ਲੋਕ ਹਿੱਤਾਂ ਵਾਸਤੇ, ਮਾਰੂ ਬਿੱਲਾਂ ਦੇ ਵਿਰੁੱਧ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਹੈ, ਸ਼ਹਿਰ ਦੇ ਇਹ ਅੰਨੀ ਬੋਲੀ ਸਰਕਾਰ ਦੇ ਜਗਾਉਣ ਵਾਸਤੇ ਉਹਨਾਂ ਦੇ ਟੋਪੀ ਵਿੱਚ ਕੈਲ ਹੋਊਗਾ ਜਿਹੜਾ ਉਹਨੂੰ ਯਾਦ ਕਰਾਊਗਾ ਵੀ ਸ਼ਹਿਰ ਦੇ ਸਾਥ ਦੇ ਨਾਲ ਮੋਦੀ ਸਾਹਿਬ ਦਾ, ਸੈਂਟਰ ਸਰਕਾਰ ਦਾ ਮਨ ਪਸੀਜੇ ਅਤੇ ਪੜ੍ਹੇ ਲਿਖੇ ਬੰਦੇ ਜੋ ਸ਼ਹਾਦਤ ਹੋਣੀ ਹੈ ਉਹਨਾਂ ਨੂੰ ਇਹ ਸੋਚ 'ਤੇ ਮਜਬੂਰ ਕਰੇ ਕਿ ਇਹਨਾਂ ਨੂੰ ਵਾਪਸ ਦੇ। ਇਹਨਾਂ ਵੱਲੋਂ ਇੱਕ ਜਿਹੜਾ ਪੱਤਰ ਵੀ ਲਿਖਿਆ ਗਿਆ ਸੀਗਾ ਕਿ ਮੋਦੀ ਸਾਹਿਬ ਕੁਝ ਲੋਕਾਂ ਦੇ ਹੋ ਕੇ ਰਹਿ ਗਏ, ਉਹ ਉਹਦੇ ਤੋਂ ਕੀ ਭਾਵ ਕਰਦੇ ਹੋ ਤੁਸੀਂ? ਮੋਦੀ ਸਾਹਿਬ ਨੇ ਇਹਨਾਂ ਨੇ ਆਪਦਾ ਵਲਵਲਾ ਜਿਹੜਾ ਦਿਲ ਦਾ ਲਿਖਿਆ ਸੀ, ਉਹ ਸ਼ਹਿਰ ਦੇ ਇੱਕ ਪੜ੍ਹਿਆ ਲਿਖਿਆ ਇਨਸਾਨ ਨੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਉਹ ਲਿਖ ਕੇ ਉਹਨਾਂ ਨੂੰ ਜਿਹੜਾ ਸੁੱਤਿਆਂ ਨੂੰ ਜਗਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ, ਜਿਹੜਾ ਮੇਰਾ ਖਿਆਲ ਹੈ ਇਹਨਾਂ ਦੀ ਇਹ ਲਿਖੀ ਹੋਈ ਲੈਟਰ ਜੇਕਰ ਮੋਦੀ ਸਾਹਿਬ ਤੱਕ ਪਹੁੰਚੂਗੀ ਉਹਦੇ ਦਿਮਾਗ ਨੂੰ ਜਗਾਊਗੀ ਤਾਂ ਮਜਬੂਰ ਕਰੂਗੀ, ਵਾਕਿਆ ਹੀ ਇੱਕ ਨੂੰ ਗੱਲ ਦਾ। ਠੀਕ, ਦੇਖੋ 3-4 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਔਰ ਦੇਸ਼ ਦੇ ਜਿੰਨੇ ਵੀ ਸੂਬੇ ਹਨ ਉੱਥੋਂ ਕਿਸਾਨ ਪਹੁੰਚ ਰਹੇ ਨੇ ਔਰ ਉਹਨਾਂ ਦੀ ਇੱਕੋ ਮੰਗ ਹੈ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ ਉਹ ਰੱਦ ਕੀਤੇ ਜਾਣ। ਸਾਡੀ ਕੇਂਦਰ ਸਰਕਾਰ, ਮੋਦੀ ਜੀ ਦੀ ਸਰਕਾਰ ਸਮਝਦੀ ਆਉਂਦੀ ਕਿੰਨਾ ਲੋਕਾਂ ਦੇ ਹੱਥਾਂ 'ਚ ਖੇਡ ਰਹੀ ਹੈ। ਮੈਂ ਸਮਝਦਾ ਇੱਕ ਕਿਸਾਨਾਂ ਦੇ ਨਾਲ ਨਾਲ ਵਕੀਲ ਭਾਈਚਾਰੇ ਦਾ ਇੱਕ ਬਹੁਤ ਹੀ ਸੀਨੀਅਰ ਵਕੀਲ ਜੇਕਰ ਸ਼ਹਾਦਤ ਦਿੰਦਾ ਹੈ, ਆਤਮ ਹੱਤਿਆ ਕਰਦਾ ਹੈ, ਆਪਣੀ ਜੀਵਨ ਲੀਲਾ ਖਤਮ ਕਰਦਾ ਹੈ, ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੀ ਸਰਕਾਰ ਵਾਸਤੇ ਨਹੀਂ ਹੈ। ਇੱਕ ਉਹਨਾਂ ਨੇ ਗੱਲ ਇਹ ਵੀ ਲਿਖੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕੁਝ ਲੋਕਾਂ ਦੇ ਬਣ ਕੇ ਰਹਿ ਗਏ, ਉਹਦੇ ਤੋਂ ਕੀ ਭਾਵ ਮੰਨਦੇ? ਅੰਡਰਸਟੂਡ ਹੈ ਵੀ ਜਿਹੜੇ ਵੱਡੇ ਘਰਾਣੇ ਹਨ ਜਿਸ ਤਰ੍ਹਾਂ ਅੰਬਾਨੀ ਹੋ ਗਿਆ, ਅਡਾਨੀ ਹੋ ਗਿਆ, ਹੋਰ ਜਿਹੜੇ ਜਿਹੜੇ ਕਾਰਪੋਰੇਟ ਨਾਲ ਸੰਬੰਧਿਤ ਹਨ ਉਹ ਉਹਨਾਂ ਦੇ ਹੱਥਾਂ 'ਚ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਖੇਡ ਰਹੇ ਨੇ ਕਿਉਂਕਿ ਉਹ ਵੀ ਗੁਜਰਾਤੀ ਨੇ, ਇਹ ਵੀ ਗੁਜਰਾਤੀ ਹੈ। ਸੋ ਇਹ ਪਤਾ ਨਹੀਂ ਕਿੰਨੀ ਦੇਰ ਚੱਲੇਗਾ। ਮੈਂ ਸਮਝਦਾ ਵੀ ਸਾਡੇ ਪ੍ਰਧਾਨ ਮੰਤਰੀ ਜੀ ਦਾ, ਸਾਡੀ BJP ਸਰਕਾਰ ਦੇ ਮਾੜੇ ਦਿਨ ਸ਼ੁਰੂ ਹੋ ਚੁੱਕੇ। ਅਤੇ ਤੁਸੀਂ ਕੀ ਕਹੋਗੇ? ਬੜੀ ਵੱਡੀ ਸ਼ਹਾਦਤ ਹੈ ਨੌਜਵਾਨ ਪੜ੍ਹਿਆ ਲਿਖਿਆ ਐਡਵੋਕੇਟ ਜਿਹੜਾ ਇਹਨਾਂ ਕਾਲੇ ਕੂਨਾਂ ਦੇ ਵੇਸਟ ਮੋਰਚੇ 'ਤੇ ਜਾ ਕੇ ਸ਼ਹੀਦ ਹੋਇਆ। ਮੋਦੀ ਸਾਹਿਬ ਨੂੰ ਇਸ ਤੋਂ ਗੱਲ ਤੋਂ ਦੇਖ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਦੇ ਲੋਕ ਜਿਹੜੇ ਇਕੱਲੇ, ਇਹ ਨਹੀਂ ਕਿ ਕਿਸਾਨ ਹੀ ਹੈ,
ਹਰੇਕ ਫਿਰਕੇ ਦੇ ਲੋਕ ਪੜ੍ਹੇ ਲਿਖੇ ਲੋਕ ਜਿਹੜੇ ਇਸ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਨੇ ਅਤੇ ਇਹਨਾਂ ਨੂੰ ਵਾਪਸ ਲੈ ਲੈਣ। ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਨੌਜਵਾਨ ਨੇ ਜਾ ਕੇ ਉੱਥੇ ਮੋਰਚੇ ਵਿੱਚ ਬਹਿ ਕੇ ਜਿਹੜੀ ਹੈ ਉਹ ਸ਼ਾਮਿਲ ਕੀਤੀ ਹੈ। ਇਸ ਕਰਕੇ ਬੜਾ ਇਸ ਪਰਿਵਾਰ ਨੂੰ ਜਿੱਥੇ ਬਹੁਤ ਗਹਿਰਾ ਦੁੱਖ ਹੈ ਉੱਥੇ ਇਲਾਕੇ ਨੂੰ ਵੀ ਹੈ ਅਤੇ ਨਾਲ ਇਲਾਕੇ ਦਾ ਇੱਕ ਨਾਂ ਵੀ ਉਹ ਜਿਹੜਾ ਰੋਸ਼ਨ ਕਰਕੇ ਗਿਆ ਕਿ ਉਹਨੇ ਇਹਨਾਂ ਕਿਸਾਨਾਂ ਦੇ ਉੱਪਰ ਜੋ ਬੋਝ ਪਾਇਆ ਜਾਏ ਜੋ ਕਾਲੇ ਕਾਨੂੰਨ ਉਹਨਾਂ ਦੇ ਖਿਲਾਫ ਇਹਨਾਂ ਨੇ ਸ਼ਾਮਿਲ ਇੱਕ ਇੱਕ ਉਹਦੇ ਵਿੱਚ ਤਾਂ ਮਤਲਬ ਇਹੀ ਹੈ ਕਿ ਅੰਬਾਨੀ ਅਡਾਨੀ ਜਿਹੜੇ ਕਾਰਪੋਰੇਟਸ ਜਿਹੜੇ ਵੱਡੇ ਲੋਕ ਉਹਨਾਂ ਦੇ ਵਾਸਤੇ ਹੀ ਇਹ ਕਾਨੂੰਨ ਜਿਹੜਾ ਬਣਾਇਆ ਗਿਆ ਕਿ ਕਿਸਾਨੀ ਜਿਹੜੀ ਖਤਮ ਹੋ ਗਈ। ਠੀਕ, ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।